ਲਗਾਤਾਰ ਮੈਨਿੰਗ ਚੱਲ ਰਹੀ ਹੈ, ਗੁੰਡਾ ਟੈਕਸ ਤਦੇ ਤਦੇ ਵਸੂਲਿਆ ਜਾ ਰਿਹਾ ਕਿ ਗੱਡੀਆਂ ਭਰ ਕੇ ਨਿਕਲਦੀਆਂ ਰੇਤੇ ਵੱਜਦੀਆਂ, ਠੀਕ ਹੈ ਜੀ। ਅਤੇ ਇਹ ਗੈਰ ਕਾਨੂੰਨੀ ਧੰਦਾ ਲਗਾਤਾਰ ਚੱਲ ਰਿਹਾ, ਜਿਹੜਾ ਕੀ ਮੰਨਦੇ ਹੋ ਕਿਹਦੀ ਸ਼ਾਇਦ ਚੱਲ? ਗੁੰਡਾ ਪਰਚੀ ਅਤੇ ਨਜਾਇਜ਼ ਮੈਨਿੰਗ ਨੂੰ ਕਿਉਂ ਨਹੀਂ ਰੋਕ ਰਿਹਾ ਜੀ ਪ੍ਰਸ਼ਾਸਨ? ਇਕੱਲਾ ਪਰਚੇ ਹੋਣਾ ਹੱਲ ਨਹੀਂ ਹੈ, ਰੋਕਣਾ ਹੱਲ ਹੈ। ਜਦੋਂ ਰੁਕੇਗੀ ਉਦੋਂ ਪਰਚੇ ਨਹੀਂ ਹੋਣਗੇ, ਇਹਦਾ ਮਤਲਬ ਚੱਲ ਰਹੀ ਕਿਤੇ ਨਾ ਕਿਤੇ ਪਰਚੇ ਹੋ ਰਹੇ, ਜੇ ਪਰਚੇ ਹੋ ਰਹੇ ਉਹ ਵੀ ਪ੍ਰਸ਼ਾਸਨ ਕਰ ਰਿਹਾ ਪਰਚੇ ਵੀ। ਅਤੇ ਲੋਕਾਂ ਦਾ ਕਹਿਣਾ ਕਿ ਜਦੋਂ ਅਸੀਂ ਸ਼ਿਕਾਇਤ ਕਰਦੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ SSP ਕਹਿ ਰਿਹਾ ਨਜਾਇਜ਼ ਮੈਨਿੰਗ, ਰੋਕਣਾ ਪੁਲਿਸ ਦਾ ਕੰਮ ਨਹੀਂ। ਜ਼ਿਲ੍ਹੇ ਦਾ SSP ਇਹ ਗੱਲ ਕਹਿ ਰਿਹਾ ਕਿ ਨਜਾਇਜ਼ ਮਾਈਨਿੰਗ ਰੋਕਣਾ ਪੁਲਿਸ ਦਾ ਕੰਮ ਨਹੀਂ, ਥਾਣੇ ਦਾ ਕੰਮ ਨਹੀਂ। ਅਤੇ ਲੋਕਾਂ ਵੱਲੋਂ ਕਾਂਗਰਸੀ ਲੀਡਰਾਂ 'ਤੇ ਵੀ ਆਰੋਪ ਲੱਗ ਰਹੇ ਕਿ ਮਾਈਨਿੰਗ ਕਰਵਾ ਰਹੇ ਆ, ਫਿਰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਚੈਲੇਂਜ ਨੂੰ ਕਬੂਲ ਕਰੋਗੇ, ਕਿਸ ਤਰ੍ਹਾਂ ਰਿਪੋਰਟ ਬਣਾਓਗੇ? ਵਰਿੰਦਰ ਢਿੱਲੋਂ 'ਤੇ ਖੁਦ ਜਿਹੜੇ ਆਰੋਪ ਲਾਏ ਰਹੇ ਵੀ ਉਹ ਖੁਦ ਮਾਈਨਿੰਗ ਕਰਵਾ ਰਹੇ ਆ। ਆਪਣੇ ਆਪ ਨੂੰ ਢੱਕਣ ਦੇ ਲਈ ਉਹ ਇਲਜ਼ਾਮਬਾਜ਼ੀ ਕੀਤੀ ਜਾ ਰਹੀ, ਨਿਰਾਧਾਰ ਇਲਜ਼ਾਮਬਾਜ਼ੀ ਕੀਤੀ ਜਾ ਰਹੀ। ਲੋਕ ਉਹ ਵਿਧਾਇਕ ਬਾਰੇ ਖੁਦ ਜਾਣਦੇ ਵੀ ਉਹਨਾਂ 'ਤੇ ਪਿਛਲੇ ਸਾਲਾਂ ਦੌਰਾਨ ਕਿਸ ਤਰ੍ਹਾਂ ਦੇ ਇਲਜ਼ਾਮ ਲੱਗੇ, ਕਿਸ ਤਰ੍ਹਾਂ ਖੱਡਾਂ ਦੇ ਵਿੱਚ ਜਾ ਕੇ ਉਹਨਾਂ 'ਤੇ ਜੋ ਹੱਥੋਂ ਪਾਈਆਂ ਹੋਈਆਂ, ਕਿਸ ਤਰ੍ਹਾਂ ਪ੍ਰਸ਼ਾਸਨ ਦੇ ਵਿੱਚ ਉਹ ਆਪਣੇ ਬਿਆਨਾਂ ਤੋਂ ਮੁੱਕਰੇ, ਲੋਕ ਭਲੀ ਭਾਂਤੀ ਉਹ ਵਿਧਾਇਕ ਬਾਰੇ ਜਾਣਦੇ ਆ ਜਿਹੜੇ ਸਰਦਾਰ ਵਰਿੰਦਰ ਸਿੰਘ ਢਿੱਲੋਂ 'ਤੇ ਇਲਜ਼ਾਮ ਲਾ ਰਹੇ। ਹੁਣ ਤਾਂ ਤੁਹਾਡੀ ਪਾਰਟੀ ਦਾ ਹਿੱਸਾ ਬਣੇ ਹੋਏ ਹੋ? ਹਜੇ ਹਿੱਸਾ ਨਹੀਂ ਬਣੇ ਹੋਏ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤੁਸੀਂ ਜਿਹੜਾ ਹੈਗਾ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਹੜਾ ਹੈਗਾ ਸ਼ਿਕਾਇਤ ਕੀਤੀ ਸੀ ਗ੍ਰੀਨ ਟ੍ਰਿਬਿਊਨਲ ਨੂੰ, ਹੁਣ ਕਿਉਂ ਨਹੀਂ ਕਰ ਰਹੇ? ਅਤੇ ਜੇ ਅਕਾਲੀ ਭਾਜਪਾ ਨੂੰ ਅੱਜ ਮੇਰੀ ਤਕਲੀਫ ਹੈ ਤਾਂ ਉਸ ਸਮੇਂ ਵੀ ਮੇਰੀ ਤਕਲੀਫ ਹੋਈ ਸੀ ਜਦੋਂ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਇਹਨਾਂ ਦੇ ਨਾਂ 'ਤੇ ਗਏ ਸੀ। ਅਕਾਲੀ ਭਾਜਪਾ ਤਾਂ ਬੋਲਣ ਦਾ ਹੀ ਹੱਕ ਨਹੀਂ, ਜੇ ਅਕਾਲੀ ਭਾਜਪਾ ਨੂੰ ਇਹ ਆਪਣੇ ਜ਼ਿਆਦਾ ਵਹਿਮ ਹੈ ਤਾਂ ਮੇਰੇ ਨਾਲ ਕਦੇ ਬਹਿਸ ਰੱਖ ਲੈਣ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ, ਗੁੰਡਾ ਟੈਕਸ ਦਾ ਧੰਦਾ ਲਗਾਤਾਰ ਵੱਧ ਫੁੱਲ ਰਿਹਾ, ਚਾਹੇ ਸਰਕਾਰ ਕਾਂਗਰਸ ਦੀ ਹੋਵੇ ਜਾਂ ਅਕਾਲੀ ਭਾਜਪਾ ਦੀ। ਲਗਾਤਾਰ ਇਹ ਧੰਦਾ ਚੱਲਦਾ ਆ ਰਿਹਾ ਅਤੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਰੋਪੜ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਨਜਾਇਜ਼ ਮੈਨਿੰਗ ਅਤੇ ਗੁੰਡਾ ਪਰਚੀ ਨੂੰ ਲੈ ਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਢਿੱਲੋਂ ਵੱਲੋਂ ਇੱਕ ਕਮੇਟੀ ਬਣਾਈ ਗਈ ਆ ਜੋ ਰਿਪੋਰਟ ਤਿਆਰ ਕਰਕੇ ਭੇਜੇਗੀ ਮੁੱਖ ਮੰਤਰੀ ਨੂੰ। ਗੱਲ ਕਰਦੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ, ਪੰਜਾਬੀ ਲੋਕ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਜਿਹੜੀ ਕਮੇਟੀ ਬਣਾਈ ਗਈ ਨਜਾਇਜ਼ ਮਾਈਨਿੰਗ ਦੇ ਰਿਪੋਰਟ ਤਿਆਰ ਕਰਨ ਲਈ ਗੁੰਡਾ ਟੈਕਸ ਦੀ, ਕਿਸ ਤਰ੍ਹਾਂ ਕੰਮ ਕਰੇਗੀ ਕਮੇਟੀ? ਦੇਖੋ, ਇਹ ਜਿਹੜੀ ਕਮੇਟੀ ਹੈ ਉਹ ਲੋਕਾਂ ਦੇ ਵਿੱਚ ਪਹੁੰਚ ਕਰੇਗੀ। ਉਹ ਸਟੋਨ ਇੰਡਸਟਰੀ ਆ, ਜਿਹੜੀ ਕਰੈਸ਼ਰ ਇੰਡਸਟਰੀ ਆ, ਜਿਨ੍ਹਾਂ ਦੇ ਇਸ ਟਾਈਮ ਲੋਕਾਂ ਦੀ ਬਹੁਤ ਇਨਵੈਸਟਮੈਂਟ ਕੀਤੀ ਗਈ ਜ਼ਿਲ੍ਹੇ ਦੇ ਵਿੱਚ, ਉਹਨਾਂ ਦੇ ਮਾਲਕਾਂ ਦੇ ਨਾਲ ਪਹਿਲ ਕਰੇਗੀ, ਉਹਨਾਂ ਨੂੰ ਮਿਲੇਗੀ ਅਤੇ ਆਮ ਲੋਕਾਂ ਦੇ ਵਿੱਚ ਜਾ ਕੇ ਜਾਂ ਜਿੱਥੇ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਇੱਥੇ ਨਜਾਇਜ਼ ਮਾਈਨਿੰਗ ਹੈ, ਉਹਨਾਂ ਤੱਕ ਉੱਥੇ ਜਾ ਕੇ ਵਿਜ਼ਿਟ ਕਰਕੇ ਉਸ ਤੋਂ ਬਾਅਦ ਇਹ ਜਿਹੜੀ ਸਾਰੀ ਰਿਪੋਰਟ ਤਿਆਰ ਕੀਤੀ ਜਾਵੇਗੀ, ਆਮ ਲੋਕਾਂ ਨੂੰ ਮਿਲ ਕੇ ਤਿਆਰ ਕੀਤੀ ਜਾਵੇਗੀ। ਕੀ ਕਮੇਟੀ ਨੇ ਪਹਿਲਾਂ ਇਹ ਪਤਾ ਕੀਤਾ ਕਿ ਜ਼ਿਲ੍ਹੇ 'ਚ ਕਿੰਨੀਆਂ ਖੱਡਾਂ ਜਿਹੜੀਆਂ ਜਾਇਜ਼ ਜਿਹੜੀਆਂ ਅਲੋਟ ਕੀਤੀਆਂ ਗਈਆਂ ਇਸ ਟਾਈਮ? ਸਾਰਾ ਰਿਕਾਰਡ ਸਾਡੇ ਕੋਲ ਕੁਲੈਕਟ ਕੀਤਾ ਜਾ ਰਿਹਾ, ਜੇ ਕੁਛ ਰਹਿੰਦਾ ਹੈ ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਕਲੈਕਟ ਕਰ ਲਵਾਂਗੇ ਕਿ ਕਿਹੜੀ ਅਲੋਟਿਡ ਮਾਈਨਿੰਗ ਦੀ ਅਲੋਟਿਡ ਸਰਕਾਰੀ ਮਨਜ਼ੂਰਸ਼ੁਦਾ ਜਿਹੜੀ ਸਾਈਟ ਹੈ ਉਹ ਹੈ। ਉਸ ਤੋਂ ਇਲਾਵਾ ਆਪਾਂ ਸਾਰਾ ਇਹ ਪਤਾ ਕੀਤਾ ਜਾ ਰਿਹਾ ਕਿਹੜੇ ਕਰੈਸ਼ਰਸ ਇੱਕ ਜੋ ਯਾਨੀ ਕਿ ਗੌਰਮੈਂਟ ਦੀ ਪਰਮਿਸ਼ਨ ਹੈ NOC ਲੈ ਕੇ ਚੱਲ ਰਹੇ, ਅਤੇ ਸਾਰਾ ਇਹ ਪਤਾ ਕੀਤਾ ਜਾ ਰਿਹਾ ਕਿ ਕਿੱਥੇ ਕਿੱਥੇ ਗੁੰਡਾ ਪਰਚੀ ਜਿਹੜੀ ਧੱਕੇ ਨਾਲ ਵਸੂਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਉਹ ਕਿੱਥੇ ਕਿੱਥੇ ਇਕੱਠੀ ਕੀਤੀ ਜਾ ਰਹੀ, ਇਹ ਸਾਰੀ ਰਿਪੋਰਟ ਦੇ ਵਿੱਚ ਜਾਂਚ ਦਾ ਵਿਸ਼ਾ ਹੋਵੇਗੀ। ਸਤੰਬਰ ਮਹੀਨਾ ਜਿਹੜਾ ਹੈਗਾ ਬਰਸਾਤਾਂ ਦਾ ਮਹੀਨਾ ਹੈਗਾ, ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਪਾਬੰਦੀ ਲਗਾਈ ਗਈ ਟੋਟਲੀ ਮਾਈਨਿੰਗ ਦੇ ਉੱਤੇ,
ਪਰੰਤੂ ਉਸਦੇ ਬਾਵਜੂਦ ਲਗਾਤਾਰ ਮਾਈਨਿੰਗ ਚੱਲ ਰਹੀ ਹੈ, ਗੁੰਡਾ ਟੈਕਸ ਤਦੇ ਵਸੂਲਿਆ ਜਾ ਰਿਹਾ ਕਿ ਜੇ ਗੱਡੀਆਂ ਭਰ ਕੇ ਨਿਕਲਦੀਆਂ ਰੇਤੇ ਵੱਜਦੀਆਂ, ਠੀਕ ਹੈ ਜੀ, ਅਤੇ ਇਹ ਗੈਰ ਕਾਨੂੰਨੀ ਧੰਦਾ ਲਗਾਤਾਰ ਚੱਲ ਰਿਹਾ, ਜਿਹੜਾ ਕੀ ਮੰਨਦੇ ਹੋ ਕਿਹਦੀ ਸ਼ੈਅ 'ਤੇ ਚੱਲ ਰਿਹਾ? ਦੇਖੋ, ਸ਼ੈਅ ਤਾਂ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗੇਗੀ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਈ ਛੋਟਾ ਜਾਂ ਵੱਡਾ ਕੋਈ ਨਾ ਕੋਈ ਅਧਿਕਾਰੀ ਹੁੰਦੇ ਆ ਜਿਨ੍ਹਾਂ ਦੀ ਸ਼ੈਅ 'ਤੇ ਇਹ ਕੀਤਾ ਜਾ ਰਿਹਾ, ਉਹਦੀ ਜਾਂਚ ਜਿਹੜੀ ਕਰਨੀ ਹੈ ਇਹੀ ਸਾਡੀ ਜ਼ਿੰਮੇਵਾਰੀ ਹੈ। ਕਿਉਂਕਿ ਜੇ ਕੋਈ ਹੋ ਰਿਹਾ ਤਾਂ ਹੀ ਜਾਂਚ ਸਾਡੀ ਕਮੇਟੀ ਬਣਾਈ ਗਈ ਨਾ, ਜੇ ਕੁਛ ਹੋ ਨਾ ਰਿਹਾ ਹੁੰਦਾ ਤਾਂ ਸ਼ਾਇਦ ਜਾਂਚ ਕਮੇਟੀ ਦਾ ਗਠਨ ਨਾ ਕੀਤਾ ਜਾਂਦਾ। ਜੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਜਾਂ ਵੱਡੇ ਲੈਵਲ 'ਤੇ ਕਿਸੇ ਕਿਸਮ ਦੀਆਂ ਲੋਕਾਂ ਦੀਆਂ ਸ਼ਿਕਾਇਤਾਂ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸੱਚ ਝਲਕ ਰਿਹਾ, ਇਹੀ ਸਾਡੀ ਜਾਂਚ ਦਾ ਵਿਸ਼ਾ ਹੋਵੇਗਾ, ਇਹਨਾਂ ਸੰਬੰਧੀ ਉਹ ਜਾਂਚ ਕੀਤੀ ਜਾਵੇਗੀ। ਗੁੰਡਾ ਪਰਚੀ ਅਤੇ ਨਜਾਇਜ਼ ਮਾਈਨਿੰਗ ਨੂੰ ਕਿਉਂ ਨਹੀਂ ਰੋਕ ਰਿਹਾ ਜੀ ਪ੍ਰਸ਼ਾਸਨ? ਦੇਖੋ, ਪ੍ਰਸ਼ਾਸਨ ਰੋਕ ਰਿਹਾ, ਪਰਚੇ ਹੋ ਰਹੇ, ਅੱਜ ਪਿੱਛੇ ਸਤਲੁਜ ਦਰਿਆ ਦੇ ਵਿੱਚ ਵੀ ਸੀ ਜਦੋਂ ਲੋਕਾਂ ਮੀਡੀਆ ਦੀ ਦਖਲਦਾਜ਼ੀ ਤੋਂ ਬਾਅਦ ਹੋਇਆ। ਅਗਰ ਮੀਡੀਆ ਨੇ ਪ੍ਰੈਸ਼ਰ ਪਾਇਆ, ਮੀਡੀਆ ਅਗਰ ਨਹੀਂ ਹੁੰਦਾ ਤਾਂ ਬਿਲਕੁਲ ਪਰਚਾ ਨਹੀਂ। ਦੇਖੋ, ਜਾਣਕਾਰੀ ਤਾਂ ਪ੍ਰਸ਼ਾਸਨ ਤੱਕ, ਚਾਹੇ ਮੀਡੀਆ ਪਹੁੰਚਾਵੇ ਚਾਹੇ ਆਮ ਲੋਕ ਪਹੁੰਚਾਉਣ, ਪਿੱਛੇ ਜੇ ਵੀ ਘੱਟੋ ਘੱਟ ਸੈਂਕੜੇ ਦੇ ਕਰੀਬ ਪਰਚੇ ਹੋ ਚੁੱਕੇ, ਠੀਕ ਹੈ ਜੀ, ਪਰ ਇਹ ਪਰਚੇ ਹੱਲ ਨਹੀਂ ਹੈ, ਇਕੱਲਾ ਪਰਚੇ ਹੋਣਾ ਹੱਲ ਨਹੀਂ ਹੈ, ਰੋਕਣਾ ਹੱਲ ਹੈ। ਜਦੋਂ ਰੁਕੇਗੀ ਉਦੋਂ ਪਰਚੇ ਨਹੀਂ ਹੋਣਗੇ, ਇਹਦਾ ਮਤਲਬ ਚੱਲ ਰਹੀ ਕਿਤੇ ਨਾ ਕਿਤੇ ਪਰਚੇ ਹੋ ਰਹੇ, ਜੇ ਪਰਚੇ ਹੋ ਰਹੇ ਉਹ ਵੀ ਪ੍ਰਸ਼ਾਸਨ ਕਰ ਰਿਹਾ ਪਰਚੇ ਵੀ। ਪਰ ਜਿਹੜੀ ਲੋਕਾਂ ਦੀਆਂ ਸ਼ਿਕਾਇਤਾਂ ਹੈ ਉਹ ਕਾਂਗਰਸ ਪਾਰਟੀ ਦੀ ਮੁੱਖ ਪ੍ਰਾਇਓਰਟੀ, ਮੁੱਖ ਪਹਿਲ ਰਹੇਗੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ, ਮਾਈਨਿੰਗ, ਗੈਰ ਕਾਨੂੰਨੀ ਮਾਈਨਿੰਗ ਅਤੇ ਗੁੰਡਾ ਪਰਚੀ ਬੰਦੇ, ਇਹਨਾਂ ਦਾ ਜਿਹੜਾ ਹੱਲ ਕੀਤਾ ਜਾਵੇ, ਇਹਨਾਂ ਦਾ ਇਹਨਾਂ ਨੂੰ ਕਿਤੇ ਸਿਰੇ ਲਾਇਆ ਜਾਵੇ ਕਿ ਲੋਕ ਸਾਡੇ ਜ਼ਿਲ੍ਹੇ ਦੇ ਤੰਗ ਨਾ ਹੋਣ। ਅਗਰ ਮੰਨ ਲਓ ਨਜਾਇਜ਼ ਮਾਈਨਿੰਗ ਚੱਲਦੀ ਕਿਸੇ ਖੱਡ 'ਚ ਹੈ, ਕਿਸੇ ਪਿੰਡ ਦੇ ਵਿੱਚ, ਪੰਚਾਇਤੀ ਜ਼ਮੀਨ 'ਚ, ਕਿਹਦੀ ਸਭ ਤੋਂ ਪਹਿਲਾਂ ਗਰਾਊਂਡ ਪੱਧਰ ਹੈ, ਕਿਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਕਿਸ ਦੀ? ਦੇਖੋ, ਸਭ ਕੋਲ ਲੋਕ ਕਿਹਦੇ ਕੋਲ ਸ਼ਿਕਾਇਤ ਕਰਨ? ਜ਼ਿੰਮੇਵਾਰੀ ਤਾਂ ਜਦੋਂ ਜ਼ਿਲ੍ਹੇ ਦੇ ਵਿੱਚ ਹੈਗੀ ਉਹ ਸਾਰਿਆਂ ਦੀ ਹੁੰਦੀ, ਪਰ ਸਭ ਤੋਂ ਪਹਿਲਾਂ ਜਿਹੜਾ ਮਾਈਨਿੰਗ ਆਫੀਸ਼ਲਸ ਕੋਲ ਜਾਣਾ ਜ਼ਰੂਰੀ ਹੈ। ਨਹੀਂ, ਆਮ ਲੋਕ ਕਿੱਦਾਂ ਮਾਈਨਿੰਗ, ਕਦੇ ਨਹੀਂ ਕਿਸੇ ਨੂੰ ਮਾਈਨਿੰਗ ਅਫਸਰ ਕੌਣ ਆ, ਕਿਹੜਾ ਨੰਬਰ ਆ ਉਹਦਾ, ਮੋਬਾਈਲ ਨੰਬਰ, ਆਮ ਲੋਕ ਤਾਂ 100 ਨੰਬਰ ਹੀ ਜਾਣਦੇ ਪੁਲਿਸ ਦਾ ਬਸ। ਦੇਖੋ, ਜਦੋਂ ਪੁਲਿਸ ਦੀ ਵੀ ਡਿਊਟੀ ਬਣਦੀ, ਜਦੋਂ ਆਮ ਲੋਕ ਨੂੰ ਸ਼ਿਕਾਇਤ ਕੀਤੀ ਹੈ, ਆਮ ਲੋਕ ਨੂੰ ਨਹੀਂ ਪਤਾ ਕਿ ਮਾਈਨਿੰਗ ਆਫੀਸ਼ਲਸ ਕੋਲ ਅਸੀਂ ਜਾਣਾ ਹੈ, ਉਹ ਸਿੱਧਾ ਪੁਲਿਸ ਕੋਲ ਚਲੇ ਜਾਂਦੇ, ਤਾਂ ਇਹਦੇ ਵਿੱਚ ਪੁਲਿਸ ਦੀ ਵੀ ਕਾਨੂੰਨੀ ਤੌਰ 'ਤੇ ਡਿਊਟੀ ਬਣਦੀ ਹੈ ਵੀ ਜਿੱਥੇ ਆਪ ਮੌਕੇ 'ਤੇ ਜਾਣ, ਨਾਲੇ ਉਹ ਮਾਈਨਿੰਗ ਆਫੀਸ਼ਲਸ ਨੂੰ ਜਿਹੜੀ ਇਨਫੋਰਮ ਕਰਨ ਕਿ ਭਾਈ ਆਹ ਜਗ੍ਹਾ 'ਤੇ ਅਸੀਂ ਪਹੁੰਚ ਰਹੇ, ਤੁਸੀਂ ਵੀ ਛੇਤੀ ਪਹੁੰਚੋ। ਉਹਨਾਂ ਦੀ ਵੀ ਡਿਊਟੀ ਬਣ ਜਾਂਦੀ ਜੇ ਆਮ ਲੋਕਾਂ ਨੂੰ ਨਹੀਂ ਪਤਾ, ਇੱਥੇ ਉਹਨਾਂ ਦੀ ਕਤਾਹੀ ਹੋਵੇਗੀ ਜੇ ਉਹ ਮਾਈਨਿੰਗ ਆਫੀਸ਼ਲਸ ਨੂੰ ਜਾਂ ਅਧਿਕਾਰੀਆਂ ਨੂੰ ਨਹੀਂ ਦੱਸਦੇ, ਇੱਥੇ ਉਹਨਾਂ ਦੇ ਸਿਰ 'ਤੇ ਜਿਹੜੀ ਉਹਨਾਂ ਦੀ ਲਾਪਰਵਾਹੀ ਆ ਜੇ ਨਹੀਂ ਦੱਸਦੇ। ਅਤੇ ਲੋਕਾਂ ਦਾ ਕਹਿਣਾ ਕਿ ਜਦੋਂ ਅਸੀਂ ਸ਼ਿਕਾਇਤ ਕਰਦੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ, SSP ਕਹਿ ਰਿਹਾ ਨਜਾਇਜ਼ ਮਾਈਨਿੰਗ ਰੋਕਣਾ ਪੁਲਿਸ ਦਾ ਕੰਮ ਨਹੀਂ ਆ। ਦੇਖੋ, ਇਹ SSP ਸਾਹਿਬ ਨੇ, ਮੈਂ ਉੱਥੇ ਬੈਠਾ ਨਹੀਂ ਸੀ ਵੀ ਉਹਨਾਂ ਨੇ ਜਦੋਂ ਮੇਰੇ ਸਾਹਮਣੇ ਕਿਹਾ, ਮੀਡੀਆ ਦੇ ਵਿੱਚ ਰਿਪੋਰਟਾਂ ਵੀ, ਮੈਂ ਉਹ ਤੁਹਾਨੂੰ ਦੱਸਦਾ ਜੇ ਮੀਡੀਆ 'ਚ ਰਿਪੋਰਟਾਂ ਆਈਆਂ ਹੈ ਇਹ ਵੀ ਇੱਕ ਤਰ੍ਹਾਂ ਦੀ ਗੰਭੀਰ ਗੱਲ ਹੈ, ਕਿਉਂਕਿ ਉਹਨਾਂ ਨੂੰ ਇਹ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ, ਬਟ ਮੈਂ ਉੱਥੇ ਹਾਜ਼ਰ ਨਹੀਂ ਸੀ ਕਿ ਮੈਂ ਉੱਥੇ ਗੱਲ 'ਤੇ ਕੋਈ ਕਮੈਂਟ ਕਰ ਸਕਾਂ, ਪਰ ਜੇ ਇਹ ਗੱਲ ਇਹੋ ਜੀ ਕੋਈ ਵੀ ਅਫੀਸ਼ੀਅਲਸ ਕਹਿੰਦਾ, ਮੈਂ SSP ਸਾਹਿਬ ਦੀ ਗੱਲ ਨਹੀਂ ਕਰਦਾ, ਤਾਂ ਇਹ ਗਲਤ ਹੈ। ਲੋਕਾਂ ਦੇ ਵਿੱਚ, ਪ੍ਰਸ਼ਾਸਨ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਬਣਿਆ ਰਹਿਣਾ ਚਾਹੀਦਾ। ਜਿੱਥੇ ਇੱਕ ਜ਼ਿਲ੍ਹੇ ਦਾ SSP ਇਹ ਗੱਲ ਕਹਿ ਰਿਹਾ ਕਿ ਨਜਾਇਜ਼ ਮਾਈਨਿੰਗ ਰੋਕਣਾ ਪੁਲਿਸ ਦਾ ਕੰਮ ਨਹੀਂ, ਥਾਣੇ ਦਾ ਕੰਮ ਨਹੀਂ, ਅਤੇ ਲੋਕਾਂ ਵੱਲੋਂ ਕਾਂਗਰਸੀ ਲੀਡਰਾਂ 'ਤੇ ਵੀ ਆਰੋਪ ਲੱਗ ਰਹੇ ਕਿ ਮਾਈਨਿੰਗ ਕਰਵਾ ਰਹੇ ਆ, ਫਿਰ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਚੈਲੇਂਜ ਨੂੰ ਕਬੂਲ ਕਰੋਗੇ, ਕਿਸ ਤਰ੍ਹਾਂ ਰਿਪੋਰਟ ਬਣਾਓਗੇ? ਦੇਖੋ, ਆਰੋਪ ਲਾਉਣਾ ਹਰ ਇੱਕ ਬੰਦੇ ਦਾ ਜਿਹੜਾ ਕਹਿ ਲਓ ਵੀ ਅਧਿਕਾਰ ਹੈ, ਸਾਡਾ ਦੇਸ਼ 'ਚ ਲੋਕਤੰਤਰ ਹੈ, ਉਹ ਲਾ ਸਕਦਾ, ਪਰ ਅੱਜ ਕੱਲ੍ਹ ਜਿਹੜੇ ਕਈ ਆਰੋਪ ਇਹੋ ਜਿਹੇ ਲਾ ਰਹੇ, ਅਕਾਲੀ ਭਾਜਪਾ ਹੀ ਲਾਉਣ ਲੱਗ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਗਲਤੀਆਂ। ਜੇ ਅਕਾਲੀ ਭਾਜਪਾ ਜਿਹੜੀ ਸਰਕਾਰ ਵੇਲੇ ਕੁਛ ਹੁੰਦਾ ਰਿਹਾ, ਅਸੀਂ ਅੱਜ ਨਹੀਂ ਜਾਂਚ ਕਰ ਰਹੇ, ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਵੀ, ਪਿਛਲੇ 4 ਸਾਲਾਂ 'ਚ ਵੀ, ਜਦੋਂ ਅਕਾਲੀ ਭਾਜਪਾ ਨੇ ਇਹ ਕੰਮ ਸ਼ੁਰੂ ਕੀਤਾ ਸੀ, ਬੜੇ ਵੱਡੇ ਲੈਵਲ 'ਤੇ ਕੀਤਾ ਸੀ, ਤਾਂ ਵੀ ਅਸੀਂ ਨੈਸ਼ਨਲ ਟ੍ਰਿਬਿਊਨਲ ਦੇ ਵਿੱਚ ਜਾ ਕੇ ਦਿੱਲੀ ਉਹਦੇ ਵਿੱਚ ਕੇਸ ਲੜਿਆ, ਉਹਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਨੂੰ, SSP ਸਾਹਿਬ ਨੂੰ ਪਾਰਟੀ ਬਣਾਇਆ ਸੀ। ਹੁਣ ਉਹੀ ਲੋਕ ਆਪਣਾ ਅੱਗਾ ਢੱਕਣ ਦੇ ਲਈ
ਜਿਹੜੇ ਇਲਜ਼ਾਮਬਾਜ਼ੀ ਕਰਨਾ ਉਹਨਾਂ ਦਾ ਚਲੋ ਕਹਿ ਲਓ ਹੱਕ ਤਾਂ ਨਹੀਂ ਮੈਂ ਕਿਹਾ ਜਾ ਸਕਦਾ, ਪਰ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਝੂਠੇ ਇਲਜ਼ਾਮ ਲਾਉਣ ਤੋਂ ਵੀ ਕਰ ਰਿਹਾ ਉਹ ਆਪਣੀਆਂ ਗਲਤੀਆਂ 'ਚ ਪਾ ਰਹੇ। ਆਪਾਂ ਇਹ ਨਹੀਂ ਕਹਿੰਦੇ ਇਕੱਲੀ ਕਾਂਗਰਸ ਪਾਰਟੀ ਦੇ, ਸਾਰਿਆਂ 'ਤੇ ਜਿਹੜੇ ਦੋਸ਼ ਲੱਗ ਰਹੇ ਉਹਨਾਂ ਦੀ ਵੀ ਜਾਂਚ ਕਰਾਵਾਂਗੇ। ਕਿ ਹੁਣ ਤਾਂ ਹੀ ਜਿਹੜੀ ਅਕਾਲੀ ਭਾਜਪਾ ਨੂੰ ਵੀ ਪਿੱਛੇ ਜੇ ਵੱਡੇ ਲੀਡਰ ਸਾਹਿਬਾਨ ਨੇ ਕਿਤੇ ਸਾਡੀ ਮੀਟਿੰਗ ਦੇ ਬਾਰੇ ਉਹ ਕੋਈ ਜਾਣਕਾਰੀ ਉਹਨੇ ਆਪਣਾ ਬਿਆਨ ਦਿੱਤਾ, ਉਹਨਾਂ ਨੇ ਵੱਡਿਆਂ ਨੇ ਉਹਨਾਂ ਦਾ ਵੀ ਇਨਵੋਲਵਮੈਂਟ ਸੀ। ਉਹਨਾਂ ਨੂੰ ਪਤਾ ਹੈ ਵੀ ਅਸੀਂ ਜਾਂਦੇ ਰਹੇ ਉਸ ਸਮੇਂ ਅਕਾਲੀ ਭਾਜਪਾ ਦੇ ਕੋਲ, ਹੁਣ ਲੋਕਾਂ ਦੇ ਵਿੱਚ ਤਾਂ ਉਹ ਰਹੇ ਨਹੀਂ ਆ। ਅਕਾਲੀ ਭਾਜਪਾ ਸਿਰਫ ਇਹੀ ਇੱਕ ਆਪਣਾ ਬਿਆਨਬਾਜ਼ੀ ਕਰਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੇ। ਪਰ ਆਪਾਂ ਇਹ ਜਿਹੜੀ ਸੱਚਾਈ ਹੈ, ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ, ਸੀਐਮ ਸਾਹਿਬ ਸਾਹਮਣੇ ਅਸੀਂ ਜਾਣਕਾਰੀ ਪੇਸ਼ ਕਰਾਂਗੇ, ਇਮਾਨਦਾਰੀ ਨਾਲ ਕਰਾਂਗੇ ਪੇਸ਼। ਇਹ ਸਾਡਾ ਵਾਅਦਾ ਹੈ ਤੁਹਾਡੇ ਨਾਲ। ਤੁਹਾਡੇ ਕਹਿਣ ਦਾ ਮਤਲਬ ਕਿ ਅਕਾਲੀ ਭਾਜਪਾ ਵਾਲੇ ਹੀ ਜਿਹੜਾ ਹੈਗਾ ਆਰੋਪ ਲਾ ਰਹੇ ਕਾਂਗਰਸੀਆਂ 'ਤੇ, ਪਰ ਧੜੇਬਾਜ਼ੀ ਜਿਹੜੀ ਹੈਗੀ ਹੋਈ ਆ ਰੋਪੜ ਦੇ ਵਿੱਚ, ਵਰਿੰਦਰ ਜਿਹੜਾ ਹੈਗਾ ਢਿੱਲੋਂ ਦਾ ਇੱਕ ਧੜਾ ਹੈਗਾ ਅਤੇ ਦੂਜਾ ਧੜਾ ਹੈਗਾ ਜਿਹੜਾ, ਉਹ ਦੂਜੇ ਧੜੇ ਵੱਲੋਂ ਵਰਿੰਦਰ ਢਿੱਲੋਂ 'ਤੇ ਖੁਦ ਜਿਹੜੇ ਆਰੋਪ ਲਾਏ ਰਿਹਾ ਵੀ ਉਹ ਖੁਦ ਮਾਈਨਿੰਗ ਕਰਵਾ ਰਿਹਾ। ਦੇਖੋ, ਦੂਜੇ ਧੜੇ ਵੱਲੋਂ ਤਾਂ ਲਾਏ ਨਹੀਂ ਜਾ ਰਹੇ। ਇੱਕ MLA ਸਾਹਿਬ ਹੈ, ਉਹ ਆਪਣੀ ਪਾਰਟੀ ਛੱਡ ਕੇ ਆਏ ਹੈ, ਲਾਉਣ ਦਾ ਤਾਂ ਉਹਨਾਂ ਦਾ ਵੀ ਨਹੀਂ ਹੈ। ਪਰ ਹੁਣ ਲੋਕ ਉਹਨਾਂ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੈ ਕਿ ਕਿੱਦਾਂ ਮਾਈਨਿੰਗ ਦੀਆਂ ਸਾਈਟਾਂ 'ਤੇ ਕਿਹੜੇ ਝਗੜੇ ਹੋਏ ਪਿਛਲੇ ਸਮੇਂ ਦੌਰਾਨ, ਮੀਡੀਆ ਦੇ ਵਿੱਚ ਵੀ ਚੱਲਿਆ ਕਿਹੋ ਜਿਹੇ ਉਹਨਾਂ 'ਤੇ ਆਰੋਪ ਲੱਗੇ, ਉਹਨਾਂ ਦੀਆਂ ਵੀਡੀਓ ਤੱਕਰ ਹੈ, ਉਹਨਾਂ ਦੇ ਪਰਚੇ ਤੱਕਰ ਹੈ, ਉਹ ਸਾਰਾ ਲੋਕਾਂ ਨੂੰ ਜਾਣਕਾਰੀ ਆ। ਉਹ ਤਾਂ ਇਹ ਹੈ ਵੀ ਆਪਣੀਆਂ ਕਮਜ਼ੋਰੀਆਂ ਛਪਾਉਣ ਲਈ, ਆਪਣੇ ਆਪ ਨੂੰ ਢੱਕਣ ਦੇ ਲਈ ਉਹ ਇਲਜ਼ਾਮਬਾਜ਼ੀ ਕੀਤੀ ਜਾ ਰਹੀ, ਨਿਰਾਧਾਰ ਇਲਜ਼ਾਮਬਾਜ਼ੀ ਕੀਤੀ ਜਾ ਰਹੀ। ਲੋਕ ਉਹ ਵਿਧਾਇਕ ਬਾਰੇ ਖੁਦ ਜਾਣਦੇ ਵੀ ਉਹਨਾਂ 'ਤੇ ਪਿਛਲੇ ਸਾਲਾਂ ਦੌਰਾਨ ਕਿਸ ਤਰ੍ਹਾਂ ਦੇ ਇਲਜ਼ਾਮ ਲੱਗੇ, ਕਿਸ ਤਰ੍ਹਾਂ ਖੱਡਾਂ ਦੇ ਵਿੱਚ ਜਾ ਕੇ ਉਹਨਾਂ 'ਤੇ ਜੋ ਹੱਥੋਂ ਪਾਈਆਂ ਹੋਈਆਂ, ਕਿਸ ਤਰ੍ਹਾਂ ਪ੍ਰਸ਼ਾਸਨ ਦੇ ਵਿੱਚ ਉਹ ਆਪਣੇ ਬਿਆਨਾਂ ਤੋਂ ਮੁੱਕਰੇ। ਲੋਕ ਭਲੀ ਭਾਂਤੀ ਉਹ ਵਿਧਾਇਕ ਬਾਰੇ ਜਾਣਦੇ ਆ ਜਿਹੜੇ ਸਰਦਾਰ ਵਰਿੰਦਰ ਸਿੰਘ ਢਿੱਲੋਂ 'ਤੇ ਇਲਜ਼ਾਮ ਲਾ ਰਹੇ। ਹੁਣ ਤਾਂ ਤੁਹਾਡੀ ਪਾਰਟੀ ਦਾ ਹਿੱਸਾ ਬਣੇ ਹੋਏ ਹੋ? ਹਜੇ ਹਿੱਸਾ ਨਹੀਂ ਬਣੇ ਹੋਏ, ਹਜੇ ਤਾਂ ਉਹਨਾਂ ਨੇ ਆਪਣਾ ਅਸਤੀਫਾ ਮਨਜ਼ੂਰ ਹੋਣਾ। ਪਰ ਜੇ ਸਾਡਾ ਹਿੱਸਾ ਵੀ ਹੈ, ਪਰ ਕਿਸੇ ਉਹ ਹਿੱਸੇ ਦਾ ਮਤਲਬ ਇਹ ਨਹੀਂ ਹੈ ਕਿ ਜੇ ਇੱਕ ਪਾਰਟੀ ਦੇ ਵਿੱਚ ਆ ਗਏ ਤਾਂ ਉਹਨਾਂ ਨੂੰ ਅਧਿਕਾਰ ਨਹੀਂ ਹੈ ਬੋਲਣ ਦਾ। ਬੋਲਣ ਦਾ ਅਧਿਕਾਰ ਹੈ, ਪਰ ਉਹ ਆਪਣੀ ਗਲਤੀ ਛਪਾਉਣ ਲਈ ਬੋਲ ਰਹੇ ਵੀ ਜਿਹੜੀਆਂ ਉਹਨਾਂ ਨੇ ਇੱਕ ਵਾਰਦਾਤਾਂ ਕੀਤੀਆਂ ਹੈ ਉਹ ਆਪਣੀਆਂ ਗਲਤੀਆਂ ਛਪਾ ਰਹੇ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਅਤੇ ਆਪਣਾ ਪਿਛੋਕੜ ਦੇਖ ਕੇ ਇਹ ਜਿਹੜੀ ਬਿਆਨਬਾਜ਼ੀ ਕਰਨੀ ਚਾਹੀਦੀ, ਕਿਸੇ 'ਤੇ ਦੋਸ਼ ਲਾਉਣੇ ਚਾਹੀਦੇ। ਅਤੇ ਹੁਣ ਸਮਝਿਆ ਜਾਵੇ ਕਿ ਜਿਹੜੀ ਤੁਹਾਡੀ ਕਮੇਟੀ ਬਣੀ ਆ, ਕਾਂਗਰਸ ਦੀ ਕਮੇਟੀ ਆ, ਲੋਕਾਂ ਦਾ ਆਰੋਪ ਆ ਜਿਹੜਾ ਹੈਗਾ ਕਿ ਕਾਂਗਰਸ ਹੀ ਖੁਦ ਕਰਾ ਰਿਹਾ, ਕਿਉਂਕਿ ਕਿਤੇ ਨਾ ਕਿਤੇ ਦੇਖੋ ਜਿਹੜੀ ਪਾਰਟੀ ਦੀ ਸਰਕਾਰ ਆ ਉਹ ਸਰਕਾਰ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਵਾਲੇ ਕੋਈ ਨਜਾਇਜ਼ ਧੰਦਾ ਕਰ ਸਕਦੇ, ਨਾ ਅਕਾਲੀ ਭਾਜਪਾ ਵਾਲੇ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਪਾਰਟੀ ਨੂੰ ਉੱਪਰੋਂ ਸਪੋਰਟ ਦੇ ਬਿਨਾਂ ਕੋਈ ਕੰਮ ਗਲਤ ਨਹੀਂ ਹੁੰਦਾ। ਠੀਕ ਆ, ਕਿਸ ਤਰ੍ਹਾਂ ਜਿਹੜੀ ਹੈਗੀ ਨਿਰਪੱਖ ਜਾਂਚ ਦਾ ਤੁਸੀਂ ਭਰੋਸਾ ਦਿੰਦੇ ਲੋਕਾਂ ਨੂੰ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਉਹਨਾਂ ਨੂੰ ਇੰਨੀ ਆਪਣੀ ਇਮਾਨਦਾਰੀ 'ਤੇ ਵਿਸ਼ਵਾਸ ਹੈ ਤਾਂ ਸਾਡੇ 'ਤੇ ਉਹਨਾਂ ਨੂੰ ਕਿੰਤੂ ਪਰੰਤੂ ਕਰਨਾ ਹੀ ਨਹੀਂ ਚਾਹੀਦਾ। ਹਾਂ, ਜੇ ਉਹਨਾਂ ਨੂੰ ਫਿਰ ਕਿੰਤੂ ਪਰੰਤੂ ਹੈ ਤਾਂ ਮੈਂ ਨਿੱਜੀ ਖੜਾਂ। ਸਾਡੇ 'ਤੇ ਪਿਛਲੇ 20-25 ਸਾਲ ਦਾ ਜੋ ਸਾਡਾ ਸਟੂਡੈਂਟ ਲਾਈਫ ਤੋਂ ਲੈ ਕੇ ਅੱਜ ਤੱਕ ਦਾ ਕੈਰੀਅਰ ਹੈ, ਇੱਕ ਇਲਜ਼ਾਮ, ਇੱਕ ਇਲਜ਼ਾਮ ਸਿੰਗਲ, ਇੱਕ ਪੈਸੇ ਦਾ ਇਲਜ਼ਾਮ ਲਾ ਕੇ ਦੱਸ ਦੇਣ, ਅਸੀਂ ਗੁਨਾਹਗਾਰ ਹੈ। ਜੇ ਸਾਨੂੰ ਪਾਰਟੀ ਨੇ ਇਮਾਨਦਾਰ ਹੋਣ ਦੇ ਨਾਤੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਅਸੀਂ ਉਹ ਬਾਖੂਬੀ ਨਾਲ ਨਵਾਵਾਂਗੇ ਕਿਹੜੀ ਉਹ ਪਾਰਟੀ ਹੈ, ਕਿਹੜੀ ਅਕਾਲੀ ਦਲ ਨੇ ਅੱਜ ਤੱਕ ਆਪਣੀਆਂ ਕਮੇਟੀਆਂ ਬਣਾਈਆਂ ਜਦੋਂ ਅਸੀਂ ਵੀ ਉਹਨਾਂ 'ਤੇ ਇਲਜ਼ਾਮ ਲਾਉਂਦੇ ਰਹੇ ਪਿਛਲੇ ਸਾਲਾਂ ਦੇ ਵਿੱਚ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ। ਅਸੀਂ 2015, 2014, 2016 ਦੇ ਵਿੱਚ ਸਾਨੂੰ ਆਖਿਰ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਜਾਣਾ ਪਿਆ। ਕਿਹੜੀਆਂ ਉਹਨਾਂ ਦੀਆਂ ਮਜਬੂਰੀਆਂ ਸੀ ਕਿ ਉਸ ਸਮੇਂ ਨਹੀਂ ਰੋਕ ਸਕੇ? ਹੁਣ ਕਿਹੜਾ ਉਹਨਾਂ ਨੂੰ ਭੈ, ਕਿਹੜਾ ਉਹਨਾਂ ਨੂੰ ਡਰ ਹੈ ਜਿਹੜਾ ਉਹ ਸਾਡੇ 'ਤੇ ਇਲਜ਼ਾਮ ਲਾ ਰਹੇ? ਕਿਹੜੀ ਕਾਂਗਰਸ ਪਾਰਟੀ ਨੇ ਕਿਹੜੀ ਗਲਤੀ ਕਰ ਲਈ? ਇੱਕ ਜੇ ਕਾਂਗਰਸ ਪਾਰਟੀ ਬੋਲੇ ਨਾ ਫਿਰ ਉਹ ਕਹਿੰਦੇ ਵੀ ਕਾਂਗਰਸ ਪਾਰਟੀ ਨੇ ਚੁੱਪ ਧਾਰ ਰੱਖੀ। ਜੇ ਅੱਜ ਕਾਂਗਰਸ ਪਾਰਟੀ ਨੇ ਕਮੇਟੀ ਬਣਾਤੀ ਤਾਂ ਵੀ ਉਹਨਾਂ ਨੂੰ ਮਨਜ਼ੂਰ ਨਹੀਂ ਆ। ਇੱਥੋਂ ਉਹਨਾਂ ਦੀ ਜਿਹੜੀ ਦੋਗਲੀ ਨੀਤੀ ਹੈ ਜਾਂ ਉਹ ਜਿਹੜਾ ਉਹਨਾਂ ਦਾ ਕਨਫਿਊਜ਼ਡ ਮਾਇੰਡ ਹੈ, ਉੱਥੇ ਸਥਿਤੀ ਪਤਾ ਲੱਗ ਰਹੀ ਕਿ ਉਹ ਆਪਣੀਆਂ ਗਲਤੀਆਂ ਕਿਤੇ ਉਹਨਾਂ ਨੂੰ ਡਰ ਹੈ ਕਿ ਸਾਡੇ ਬੰਦੇ ਨਾ ਆ ਜਾਣ ਵਿੱਚ।
ਇਸ ਕਰਕੇ ਡਰ ਹੈ ਕਿਹੜੀ ਕਾਂਗਰਸ ਪਾਰਟੀ। ਇਹਦਾ ਮਤਲਬ ਤਾਂ ਇਹ ਹੋਇਆ ਵੀ ਕਾਂਗਰਸ ਪਾਰਟੀ ਕਿਉਂ ਸਾਨੂੰ ਜ਼ਿੰਮੇਵਾਰੀ ਦਊਂਗੀ ਇਸ ਗੱਲ ਦੀ, ਜਦ ਕਾਂਗਰਸ ਪਾਰਟੀ ਨੂੰ ਜੇ ਉਹਨਾਂ ਦੇ ਇਲਜ਼ਾਮ ਸੱਚੇ ਹੋਣ। ਕਾਂਗਰਸ ਪਾਰਟੀ ਨੂੰ ਪਤਾ ਹੈ ਕਿ ਗੈਰ ਕਾਨੂੰਨੀ ਤੌਰ 'ਤੇ ਕਾਂਗਰਸੀ ਪਾਰਟੀ ਦਾ ਕੋਈ ਬੰਦਾ ਮਾਈਨਿੰਗ ਨਹੀਂ ਕਰ ਰਿਹਾ, ਕੋਈ ਗੁੰਡਾ ਇਕੱਠਾ ਨਹੀਂ ਕਰ ਰਿਹਾ ਟੈਕਸ। ਜੇ ਇਕੱਠਾ ਕਰ ਰਿਹਾ ਹੁੰਦਾ ਤਾਂ ਕਾਂਗਰਸ ਨੂੰ ਕੋਈ ਲੋੜ ਨਹੀਂ ਤੀ, ਉਹਨੂੰ ਆਪਣਾ ਮੌਨ ਬਣ ਰਹਿੰਦੇ। ਕਾਂਗਰਸ ਨੇ ਇਸ ਲਈ ਕਮੇਟੀ ਬਣਾਈ ਹੈ ਕਿ ਲੋਕਾਂ 'ਚ ਜਿਹੜੇ ਇਹ ਲੋਕ ਸ਼੍ਰੋਮਣੀ ਅਕਾਲੀ ਦਲ ਵਾਲੇ ਜਾਂ ਹੋਰ ਸਾਡੇ ਭਰਾ ਇਲਜ਼ਾਮ ਲਾਉਂਦੇ ਨੇ ਉਹਨਾਂ ਦਾ ਸੱਚ ਆ ਜਿਹੜੀ ਇਹ ਕਮੇਟੀ ਲਿਆਉਣ ਦੀ ਕੋਸ਼ਿਸ਼ ਕਰੇਗੀ। ਤਾਂ ਹੀ ਕਾਂਗਰਸ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਕਿ ਲੋਕਾਂ ਅੱਗੇ ਜਿਹੜੇ ਇਹਨਾਂ ਦੀ ਝੂਠੀ ਬਿਆਨਬਾਜ਼ੀ ਆ ਉਹਨਾਂ ਤੋਂ ਪਰਦਾ ਚੱਕਣ ਲਈ, ਸੱਚ ਸਾਹਮਣੇ ਲਿਆਉਣ ਲਈ ਸਾਡੀ ਜ਼ਿੰਮੇਵਾਰੀ ਦਿੱਤੀ ਹੈ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤੁਸੀਂ ਜਿਹੜਾ ਹੈਗਾ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਹੜਾ ਹੈਗਾ ਸ਼ਿਕਾਇਤ ਕੀਤੀ ਸੀ ਗ੍ਰੀਨ ਟ੍ਰਿਬਿਊਨਲ ਨੂੰ, ਹੁਣ ਕਿਉਂ ਨਹੀਂ ਕਰ ਰਹੇ ਤੁਸੀਂ? ਦੇਖੋ ਉਹ ਤਾਂ ਕੇਸ ਚੱਲ ਰਿਹਾ, ਉਹ ਹਜੇ ਵੀ ਚੱਲ ਰਿਹਾ। ਮੈਨੂੰ ਇਹ ਪਤਾ ਵੀ ਖੇੜੇ ਦੇ ਪਹਾੜ ਕਿੱਦਾਂ ਵੱਢ ਹੋਏ, ਇਹ ਦੱਸਣ ਸਾਨੂੰ, ਇਹ ਦੱਸਣ ਅਕਾਲੀ ਭਾਜਪਾ ਵਾਲੇ ਕਿ ਕਿਸ ਤਰ੍ਹਾਂ ਸਵਾਨ ਦੇ ਵਿੱਚ ਕਿਸ ਤਰ੍ਹਾਂ ਸਤਲੁਜ ਦਰਿਆ 'ਚ 100-100, 200-200 ਫੁੱਟ ਦੇ ਟੋਏ ਪੈ ਗਏ, ਇਹ ਦੱਸਣ। ਇਹ ਅਕਾਲੀ ਭਾਜਪਾ ਵਾਲੇ ਇਹ ਦੱਸਣ ਕਿ ਕਿਸ ਤਰ੍ਹਾਂ ਉੱਥੇ 20-25 ਮੌਤਾਂ ਉਹਨਾਂ ਟੋਇਆਂ ਦੇ ਵਿੱਚ ਹੋਣ ਨਾ ਹੋ ਗਈਆਂ, ਇਹ ਦੱਸਣ। ਅਕਾਲੀ ਭਾਜਪਾ ਇਹ ਦੱਸੇ ਕਿ ਉਹ ਜਿਹੜੇ ਉਸ ਸਮੇਂ ਟਿੱਪਰਾਂ ਦੇ ਟਿੱਪਰ ਕਰੋੜਾਂ ਰੁਪਈਆ, ਹਜ਼ਾਰਾਂ ਕਰੋੜ ਦਾ ਜਿਹੜਾ ਇਲਜ਼ਾਮ ਲੱਗ ਰਹੇ ਸੀ ਉਹ ਕਿਉਂ ਗਏ? ਅਸੀਂ ਇਸ ਲਈ ਹੋ ਗਏ ਨਾ। ਅਤੇ ਜੇ ਅਕਾਲੀ ਭਾਜਪਾ ਨੂੰ ਅੱਜ ਮੇਰੀ ਤਕਲੀਫ ਹੈ ਤਾਂ ਉਸ ਸਮੇਂ ਵੀ ਮੇਰੀ ਤਕਲੀਫ ਹੋਈ ਸੀ ਜਦੋਂ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਇਹਨਾਂ ਦੇ ਨਾਂ 'ਤੇ ਗਏ ਸੀ। ਜੇ ਮਾਈਨਿੰਗ, ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ ਨਾ ਵੀ ਹੋ ਰਹੀ ਜਾਂ ਨਾ ਹੋ ਰਹੀ। ਕਾਂਗਰਸ ਪਾਰਟੀ ਦਾ ਇੱਕ ਸੁਚੱਜਾ ਅਤੇ ਚੰਗਾ ਕਦਮ ਹੈ ਕਿ ਆਪਣੀ ਸਰਕਾਰ ਹੁੰਦੇ ਹੋਏ ਵੀ ਉਹਨਾਂ ਨੇ ਕਮੇਟੀ ਬਣਾ ਕੇ ਲੋਕਾਂ ਅੱਗੇ ਸੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਭਾਜਪਾ ਤਾਂ ਬੋਲਣ ਦਾ ਹੀ ਹੱਕ ਨਹੀਂ, ਜੇ ਅਕਾਲੀ ਭਾਜਪਾ ਨੂੰ ਇਹ ਆਪਣੇ ਜ਼ਿਆਦਾ ਵਹਿਮ ਹੈ ਤਾਂ ਮੇਰੇ ਨਾਲ ਕਦੇ ਬਹਿਸ ਰੱਖ ਲੈਣ ਕਿ ਕਿਤਨਾ ਉਹਨਾਂ ਦੇ ਸਮੇਂ ਕਿਹੜੇ ਕਿਹੜੇ ਬੰਦਿਆਂ ਦੇ ਕਿੱਦਾਂ ਕਿੱਦਾਂ ਪਹਾੜ ਖੇੜੇ ਦੀ ਸ਼ਿਵਾਲਿਕ ਜਿਹੜੀ ਰੇਂਜਸ ਸੀ ਉਹਨੂੰ ਵੱਢ ਦਿੱਤਾ ਗਿਆ, ਹੁਣ ਵੀ ਮੀਡੀਆ ਜਾ ਕੇ ਉੱਥੇ ਦੇਖ ਸਕਦਾ। ਇਸ ਕਰਕੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਬੋਲਣ ਦਾ। ਆਮ ਲੋਕਾਂ ਦਾ ਤਾਂ ਕਹਿਣਾ ਕਿ ਜਿਸ ਤਰ੍ਹਾਂ ਪਹਿਲਾਂ ਅਕਾਲੀ ਭਾਜਪਾ ਦੇ ਸਮੇਂ ਜਿਹੜੀ ਆ ਜਿਹੜੀ ਹੈਗੀ ਰੇਤ ਬਜਰੀ ਦੀ ਲੁੱਟ ਹੋ ਰਹੀ ਸੀ, ਗੈਰ ਕਾਨੂੰਨੀ ਧੰਦਾ ਚੱਲ ਰਿਹਾ ਸੀ, ਹੁਣ ਵੀ ਉਹੀ ਕੁਛ ਚੱਲ ਰਿਹਾ ਕਾਂਗਰਸ ਦੇ ਰਾਜ ਵਿੱਚ, ਸਿਰਫ ਬੰਦੇ ਬਦਲਿਆ, ਧੰਦਾ ਉਹੀ ਚੱਲ ਰਿਹਾ ਗੈਰ ਕਾਨੂੰਨੀ। ਦੇਖੋ ਕਹਿਣਾ ਸੌਖਾ ਹੈ ਆਮ ਲੋਕਾਂ 'ਚ, ਆਮ ਲੋਕ ਅਸੀਂ ਵੀ ਆਮੇ ਹੈ, ਅਸੀਂ ਕੋਈ ਖਾਸ ਨਹੀਂ ਹੈ, ਪਰ ਅਸੀਂ ਆਮ ਲੋਕਾਂ ਦੀ ਲੜਾਈ ਪਿਛਲੇ ਲੰਬੇ ਸਮੇਂ ਤੋਂ ਲੜਦੇ ਆ ਰਹੇ। ਆਮ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਅੱਜ ਨਹੀਂ ਲੜਨ ਲੱਗੇ ਕਿ ਕਾਂਗਰਸ ਪਾਰਟੀ ਆ ਗਈ, ਅਸੀਂ ਉਸ ਸਮੇਂ ਵੀ ਲੜਦੇ ਰਹੇ। ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਗੱਲਾਂ ਹੈ, ਆਮ ਲੋਕਾਂ ਦੀਆਂ ਗੱਲਾਂ ਨੂੰ ਅਸੀਂ ਜਿਹੜਾ ਆਪਾਂ ਉਹਨਾਂ 'ਤੇ ਫੁੱਲ ਚੜ੍ਹਾ ਕੇ, ਇਸ ਲਈ ਉਹ ਕਮੇਟੀ ਬਣਾਈ ਗਈ ਜੇ ਆਮ ਲੋਕਾਂ ਨੂੰ ਦੁੱਖ ਤਕਲੀਫ ਹੈ। ਅਤੇ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਜਿਹੜੀ ਇਹ ਕਮੇਟੀ ਆ ਸਾਂਝਾ ਕਰੇਗੀ, ਉਹਨਾਂ ਦੇ ਕੋਲ ਜਾਏਗੀ, ਉਹਨਾਂ 'ਤੇ ਦਰ 'ਤੇ ਜਾਏਗੀ, ਉਹਨਾਂ ਦੇ ਦੁੱਖ ਤਕਲੀਫ ਪੁੱਛ ਕੇ ਸੀ ਐੱਮ ਸਾਹਿਬ ਤੱਕ ਇਹ ਪਹੁੰਚਾਇਆ ਜਾਵੇਗਾ। ਅਤੇ ਅਕਾਲੀ ਭਾਜਪਾ ਜਿਹੜਾ ਆਪਣਾ ਜਿਹੜਾ ਕੂੜ ਪ੍ਰਚਾਰ ਕਰ ਰਿਹਾ ਆਪਣੀਆਂ ਗਲਤੀਆਂ ਛਪਾਉਣ ਨੂੰ, ਉਹਨਾਂ ਨੂੰ ਵੀ ਉਜਾਗਰ ਕੀਤਾ ਜਾਏਗਾ। ਚਲੋ ਇੱਕ ਲਾਸਟ ਸਵਾਲ ਦੇ ਨਾਲ ਆਪਾਂ ਇਹਦਾ ਅੰਤ ਕਰਦੇ ਹਾਂ। ਤੁਹਾਡੀ ਜਾਂਚ ਦੇ ਦੌਰਾਨ ਅਗਰ ਕਾਂਗਰਸ ਦਾ ਕੋਈ ਮੰਤਰੀ, ਵਿਧਾਇਕ ਜਾਂ ਮੰਨ ਲਓ ਜ਼ਿਲ੍ਹਾ ਪ੍ਰਧਾਨ ਜਾਂ ਡੀਸੀ, SSP ਕਿਸੇ ਦਾ ਵੀ ਰੋਲ ਸਾਹਮਣੇ ਆਉਂਦਾ, ਕਿਆ ਉਹਨਾਂ ਦੇ ਖਿਲਾਫ਼ ਜਿਹੜੀ ਰਿਪੋਰਟ ਬਣਾ ਕੇ ਭੇਜੀ ਜਾਊ? ਹਾਂਜੀ। ਕੋਈ ਵੀ, ਮੈਂ ਪਾਰਟੀ ਦੀ ਨਹੀਂ ਗੱਲ ਕਰਦਾ, ਕਿਸੇ ਵੀ ਪਾਰਟੀ ਦਾ, ਕਿਸੇ ਵੀ ਅਫਸਰ ਦਾ, ਸਾਡੀ ਡਿਊਟੀ ਆ, ਅਸੀਂ ਇਮਾਨਦਾਰੀ ਨਾਲ ਚੱਲਣਾ ਹੈ। ਕੋਈ ਵੀ ਅਫਸਰ, ਕੋਈ ਵੀ ਰਾਜਨੀਤੀਵਾਨ ਜੇ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉਹਦੀ ਜਾਣਕਾਰੀ CM ਸਾਹਿਬ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਸੋ ਸੁਣਿਆ ਤੁਸੀਂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਵੱਲੋਂ ਨਜਾਇਜ਼ ਮਾਈਨਿੰਗ ਅਤੇ ਗੁੰਡਾ ਪਰਚੀ ਦੇ ਖਿਲਾਫ਼ ਜਿਹੜੀ ਹੈਗੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜੋ ਰਿਪੋਰਟ ਬਣਾ ਕੇ ਮੁੱਖ ਮੰਤਰੀ ਨੂੰ ਭੇਜੇਗੀ।
ਅਤੇ ਐਡਵੋਕੇਟ ਪੰਮਾ ਜਿਹੜੇ ਹੈਗੇ ਆ ਪਰਮਜੀਤ ਸਿੰਘ ਪੰਮਾ, ਉਹਨਾਂ ਨੂੰ ਪ੍ਰਧਾਨ ਲਗਾਇਆ ਗਿਆ, ਜ਼ਿਲ੍ਹੇ ਦਾ ਪ੍ਰਧਾਨ, ਅਤੇ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਬਿਲਕੁਲ ਨਿਰਪੱਖ ਜਿਹੜੀ ਹੈਗੀ ਆ ਇੱਕ ਜਾਂਚ ਰਿਪੋਰਟ ਤਿਆਰ ਕਰਕੇ ਜਿਹੜੀ ਮੁੱਖ ਮੰਤਰੀ ਨੂੰ ਭੇਜਣਗੇ, ਉਹਦੇ 'ਚ ਚਾਹੇ ਕੋਈ ਡਿਪਟੀ ਕਮਿਸ਼ਨਰ SSP ਜਾਂ ਕੋਈ ਵੀ ਹਲਕਾ ਵਿਧਾਇਕ ਜਾਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਹੋਵੇ ਜਾਂ ਅਕਾਲੀ ਭਾਜਪਾ, ਕਿਸੇ ਦਾ ਵੀ ਹੱਥ ਪਾਇਆ ਗਿਆ, ਉਹ ਬਿਲਕੁਲ ਜਿਹੜੀ ਨਿਰਪੱਖ ਰਿਪੋਰਟ ਬਣਾ ਕੇ ਜਿਹੜੀ ਹੈਗੀ ਆ ਹਾਈ ਕਮਾਂਡ ਨੂੰ ਭੇਜਣਗੇ। ਅਤੇ ਹੁਣ ਦੇਖਣਾ ਹੋਵੇ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਰਿਪੋਰਟ ਦੇ ਵਿੱਚ ਕਿੰਨੀ ਨਿਰਪੱਖਤਾ ਦੇ ਨਾਲ ਜਿਹੜੀ ਇਸ ਰਿਪੋਰਟ ਨੂੰ ਮੁੱਖ ਮੰਤਰੀ ਤੱਕ ਭੇਜਿਆ ਜਾਂਦਾ ਹੈ। ਰੂਪਨਗਰ ਤੋਂ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।